ਉਹ ਦਿੱਲੀਓਂ ਤੁਰਦਾ ਸੀ ਭਾਰਤ ਵਰਸ਼ ਦੀਆਂ ਧੀਆਂ ਨੂੰ ਬੰਦੀ ਬਣਾ ਕੇ ਬਹੂਆਂ ਨੂੰ ਬੰਦੀ ਬਣਾ ਕੇ ਬੱਚੀਆਂ ਨੂੰ ਬੰਦੀ ਬਣਾ ਕੇ ਗਜ਼ਨੀ ਦੀਆਂ ਮੰਡੀਆਂ ਵਿੱਚ ਭੇਡਾਂ ਤੇ ਬੱਕਰੀਆਂ ਨਾਲੋਂ ਘੱਟ ਮੁੱਲ ਤੇ ਵੇਚਦਾ ਸੀ ਉਹਨਾਂ ਦਾ ਵੀ ਹਜੇ ਮੁੱਲ ਮਿਲ ਜਾਂਦਾ ਸੀ 5-4 ਟਕੇ ਤੇ ਭਾਰਤ ਦੀਆਂ ਬਹੂ ਬੇਟੀਆਂ ਦਾ ਮੁੱਲ 1-2 ਟਕੇ ਤੇ ਭਾਰਤ ਦਾ ਤਖਤ ਮਾਨਣ ਵਾਲੇ ਅੱਜ ਵੀ ਯਾਦ ਰੱਖਣ ਜੇ ਖਾਲਸਾ ਪੰਥ ਨਾ ਆਉਂਦਾ ਤੇ ਅੱਜ ਵੀ ਗਜ਼ਨੀ ਦੀਆਂ ਮੰਡੀਆਂ ਵਿੱਚ ਭਾਰਤ ਦੀਆਂ ਬਹੂ ਬੇਟੀਆਂ ਦਾ ਮੁੱਲ ਉਹੀ ਆਉਣਾ ਸੀ ਜੇ ਘਰਾਂ ਵਿੱਚ ਇੱਜ਼ਤ ਨਾਲ ਬੈਠੀਆਂ ਨੇ ਤੇ ਖਾਲਸੇ ਦੀ ਦੇਣ ਹੈ ਸੈਂਕੜੇ ਬੱਚੀਆਂ ਨੂੰ ਬਾਬਾ ਜੱਸਾ ਸਿੰਘ ਆਲੂਵਾਲੀਆ ਬਾਬਾ ਜੱਸਾ ਸਿੰਘ ਰਾਮਗੜੀਆ ਬਾਬਾ ਬਘੇਲ ਸਿੰਘ ਹੋਣਾ ਸ਼ਹੀਦ ਭਾਈ ਤਾਰੂ ਸਿੰਘ ਹੋਣਾ ਹੁਕਮਰਾਨਾਂ ਦੇ ਚੁੰਗਲ ਚੋਂ ਛਡਾਇਆ ਸੀ ਤੇ ਹੱਲਾ 12 ਵਜੇ ਰਾਤ ਨੂੰ ਕਰਦੇ ਸੀ ਜਦੋਂ ਧੀਆਂ ਨੂੰ ਛਡਾਉਂਦੇ ਸੀ ਜਦੋਂ ਫੌਜਾਂ ਸੁਚੇਤ ਨਾ ਹੋਣ ਗੁਰੇਲਾ ਵੌਰ ਲੜਨੀ ਤੇ ਅੱਜ ਕੱਲ੍ਹ ਦੇ ਚੁਟਕਲਾ ਬਣਾਈ ਬੈਠੇ ਨੇ ਸਿੱਖਾਂ ਦੇ ਅਸੀਂ ਸਰਦਾਰਾਂ ਦੇ 12 ਵੱਜ ਗਏ ਤੇ ਸਾਡੇ 12 ਨਾ ਵੱਜੇ ਹੁੰਦੇ ਨਾ ਤੇ ਤੁਹਾਡਾ ਖੁਰਾ ਖੋਜ ਦੁਨੀਆ ਤੋਂ ਮਿਟਾ ਦੇਣਾ ਸੀ ਅਬਦਾਲੀ ਕਿਆ ਨੇ ਇਹ 12 ਵੱਜੇ ਨੇ ਸਰਦਾਰਾਂ ਦੇ ਤੇ ਬਹੂ ਬੇਟੀਆਂ ਤੁਹਾਡੇ ਘਰੀ ਮੁੜੀਆਂ ਤੇ ਤੁਹਾਡੀ ਵੰਸ਼ ਵਧੀ ਹੈ ਪੀੜ੍ਹੀ ਚੱਲੀ ਹੈ ਵੇਲ ਵਧੀ ਹੈ ਤੇ ਜੇ ਬਹੂਆਂ ਘਰ ਹੀ ਨਾ ਮੁੜਦੀਆਂ ਤੇ ਨਾ ਕੋਈ ਵੇਲ ਹੀ ਵਧਣੀ ਸੀ ਤੇ ਫਿਰ ਜੰਜੂ ਕੀ ਤੇ ਤਿਲਕ ਕੀ ਫਿਰ ਮੰਦਰ ਕੀ ਤੇ ਗਾਇਤਰੀ ਕੀ ਫਿਰ ਤੇ ਇੱਥੇ ਮਸਜਿਦਾਂ ਹੋਣੀਆਂ ਸੀ ਤੇ ਬਾਂਗ ਦਿੱਤੀ ਹੋਣੀ ਸੀ ਇੱਥੇ ਕਲਮਾ ਪੜਿਆ ਜਾਣਾ ਸੀ ਇੱਥੇ ਗਾਇਤਰੀ ਨਹੀਂ ਸੀ ਪੜੀ ਜਾਣੀ ਇਹ ਯਾਦ ਕਰਾਉਣਾ ਪੈਂਦਾ ਇਤਿਹਾਸ ਤਖਤ ਦਾ ਨਸ਼ਾ ਐਸਾ ਹੁੰਦਾ ਹਕੂਮਤਾਂ ਨੂੰ ਔਕਾਤ ਭੁੱਲ ਜਾਂਦੀ ਹੈ ਆਪਣੀ 700 ਸਾਲ ਗੁਲਾਮ ਰਹੇ ਨੇ ਲੋਕ ਤੇ ਹੁਣ 60-65 ਵਰੇ ਹੋ ਕੀ ਗਏ ਨੇ ਤਾਕਤ ਨੂੰ ਬੰਦੇ ਨੂੰ ਬੰਦਾ ਨਹੀਂ ਸਮਝਦੇ ਦਿੱਲੀ 'ਚ ਬੈਠੇ ਲੋਕ ਕਦੇ ਕਿਸਾਨਾਂ ਤੇ ਅੱਤਿਆਚਾਰ ਮਜ਼ਲੂਮਾਂ ਤੇ ਅੱਤਿਆਚਾਰ ਘੱਟ ਗਿਣਤੀਆਂ ਦੇ ਅੱਤਿਆਚਾਰ ਰਾਜ ਕਰਨਾ ਹੈ ਤੇ ਉਹ ਕਰੋ ਬੇਗਮਪੁਰਾ ਸ਼ਹਿਰ ਕੋ ਨਾਓ ਜਿੱਥੇ ਗਾਮੀ ਕੋਈ ਨਾ ਹੋਵੇ ਕਿਸੇ ਨੂੰ ਮਿਸਲਾਂ ਵਰਗਾ ਰਾਜ ਰਾਜਾ ਰਣਜੀਤ ਸਿੰਘ ਵਰਗਾ ਰਾਜ ਜਿੱਥੇ ਸਾਰੇ ਸੁਖੀ ਵਸਣ ਖੈਰ